ਪੰਜਾਬ ਸਰਕਾਰ ਵੱਲੋਂ ਪੰਜਾਬ ਦੀਆਂ ਮੰਡੀਆਂ ਵਿੱਚ ਇਲੈਕਟ੍ਰੋਨਿਕ ਕੰਡੇ ਲਗਾਉਣ ਦਾ ਫੈਸਲਾ ਲਿਆ ਗਿਆ ਹੈ, ਜਿਸ ਦੇ ਚੱਲਦੇ ਧੂਰੀ ਵਿੱਚ ਆੜ੍ਹਤੀਆ ਐਸੋਸੀਏਸ਼ਨ ਵੱਲੋਂ ਪੰਜਾਬ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਮਾਰਕੀਟ ਕਮੇਟੀ ਦੇ ਸਕੱਤਰ ਨੂੰ ਪੰਜਾਬ ਸਰਕਾਰ ਲਈ ਇੱਕ ਮੰਗ ਪੱਤਰ ਵੀ ਦਿੱਤਾ ਗਿਆ। ਇਹ ਪੰਜਾਬ ਸਰਕਾਰ ਨੇ ਇੱਕ ਆੜ੍ਹਤੀ ਮਾਰੂ ਫੈਸਲਾ ਲਿਆ। ਪਹਿਲਾਂ ਕਾਂਗਰਸ ਸਰਕਾਰ ਨੇ ਲਿਆ ਸੀ, ਉਦੋਂ ਸਾਡੇ ਪੰਜਾਬ ਦੇ ਪ੍ਰਧਾਨ ਜੀ ਨਾਲ ਅਸੀਂ ਮੀਟਿੰਗ ਕੀਤੀ ਸੀ, ਪੰਜਾਬ ਦੇ ਸੀ ਐੱਮ ਕੈਪਟਨ ਅਮਰਿੰਦਰ ਸਿੰਘ ਨਾਲ। ਉਹਨਾਂ ਨੂੰ ਸਮਝਾਇਆ ਸੀ ਕਿ ਜਿਹੜੀ ਅਫਸਰ ਲੋਬੀ ਹੈ, ਸਾਨੂੰ ਖਦਸ਼ਾ ਸੀਗਾ ਵੀ ਉਹ ਇਲੈਕਟ੍ਰੋਨਿਕ ਕੰਪਨੀਆਂ ਨਾਲ ਠੇਕਾ ਕਰ ਬੈਠੀ ਹੈ ਵੀ ਪੰਜਾਬ ਦੇ ਵਿੱਚ ਇੰਨਾ ਕੰਡਾ ਲੱਗੂਗਾ ਤਾਂ ਇਹ ਅਸੀਂ ਇਲੈਕਟ੍ਰੋਨਿਕ ਕੰਡੇ ਲਾਗੂ ਕਰਾ ਦਾਂਗੇ। ਜੇ ਉਹਨਾਂ ਨੂੰ ਸਮਝਾਇਆ ਵੀ ਪ੍ਰੈਕਟੀਕਲ ਲਾਈਟ ਵੱਗ ਗਈ ਜਾਂ ਹੋਰ ਵੱਗ ਗਿਆ ਇਹ ਸਿਸਟਮ ਰੁਕ ਜਾਂਦਾ ਹੈ, ਕਿ ਉਹ ਇੱਥੇ ਜਿਹੜੇ ਫਰਸ਼ ਹੁੰਦੇ ਨੇ ਉਹ ਵੀ ਲੈਵਲ 'ਤੇ ਨਹੀਂ ਹੁੰਦੇ, ਇਹਦੇ ਨਾਲ ਇਹਦੇ ਜਿਹੜਾ ਇਲੈਕਟ੍ਰੋਨਿਕ ਕੰਡੇ ਨਾਲ ਜਿਹੜਾ ਤੋਲ ਸਹੀ ਨਹੀਂ ਆ ਸਕਦਾ। ਤਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਹ ਫੈਸਲਾ ਵਾਪਸ ਲੈ ਲਿਆ ਸੀ। ਹੁਣ ਦੁਬਾਰਾ ਫਿਰ ਉਹੀ ਅਫਸਰ ਲੋਬੀ ਨੇ ਪੰਜਾਬ ਦੀ ਸਰਕਾਰ ਨੂੰ ਸਮਝਾਇਆ ਵੀ ਇਹ ਕਿਸਾਨ ਦਾ ਨੁਕਸਾਨ ਹੁੰਦਾ, ਬਿਲਕੁਲ ਨੁਕਸਾਨ ਨਹੀਂ ਹੁੰਦਾ। ਜੇ ਕੋਈ ਹੇਰ ਫੇਰ ਕਰਦਾ ਉਹਨੂੰ ਸਰਕਾਰ ਜੋ ਮਰਜ਼ੀ ਫਾਹਾ ਲਾ ਦੇਵੇ, ਜੇ ਹੇਰ ਫੇਰ ਜਿਹਨੇ ਕਰਨੀ ਹੈ ਉਹ ਲੈਂਡਰ ਇਲੈਕਟ੍ਰੋਨਿਕ ਕੰਡੇ ਵਿੱਚ ਵੀ ਹੋ ਸਕਦੀ ਹੈ, ਦੂਸਰੇ ਵਿੱਚ ਵੀ ਹੋ ਸਕਦੀ ਹੈ। ਤਾਂ ਸਰਕਾਰ ਨੂੰ ਅਧਿਕਾਰ ਨੇ ਸਾਡੇ ਜਦੋਂ ਮਰਜ਼ੀ ਤੋਲ ਚੈੱਕ ਕਰਨ, ਜਿਸ ਮਾਧਿਅਮ ਰਾਹੀਂ ਮਰਜ਼ੀ ਕਰਨ, ਪਰ ਅਸੀਂ ਸਰਕਾਰ ਨੂੰ ਇਹ ਪੁਰਜ਼ੋਰ ਅਪੀਲ ਕਰਦੇ ਹਾਂ ਵੀ ਇਹ ਜਿਹੜਾ ਲੋਕ ਮਾਰੂ ਫੈਸਲਾ ਹੈ ਇਹਦੇ ਨਾਲ, ਕਿਉਂ ਅਨਪੜ੍ਹ ਹੁੰਦੇ ਨੇ, ਰਾਤ ਨੂੰ ਜਦੋਂ ਸੈਟਿੰਗ ਹੁੰਦੀ ਹੈ ਜਿਹੜੀ ਲੇਬਰ ਹੈ ਉਹ ਬਹੁਤੀ ਪੜ੍ਹੀ ਲਿਖੀ ਨਹੀਂ ਹੁੰਦੀ, ਇਹ ਫੈਸਲਾ ਵਾਪਸ ਲੈਣਾ ਚਾਹੀਦਾ। ਕਿਉਂਕਿ ਜਿਹੜੀਆਂ ਕੰਪਨੀਆਂ ਨੇ ਉਹਨਾਂ ਨੇ ਕੰਡੇ ਤਿਆਰ ਕਰ ਰੱਖੇ ਨੇ, ਜੋ ਸਾਨੂੰ ਖਬਰ ਮਿਲਦੀ ਹੈ ਵੀ ਇਹ ਜਿਹੜੀ ਅਫਸਰ ਲੋਬੀ ਹੈ ਸਰਕਾਰ ਤੋਂ ਇਹੀ ਮੰਗ ਕਰਦੇ ਹਾਂ ਵੀ ਇਹਨਾਂ ਦੀ ਬਹੁਤੀ ਗੱਲ ਨਾ ਸੁਣੀ ਜਾਵੇ। ਇਹ ਲੋਕਾਂ ਨੇ ਵੋਟ ਪਾ ਕੇ 92 MLA ਜਿਤਾਏ ਨੇ, ਪੰਜਾਬ ਦੇ ਵਿੱਚ ਸਰਕਾਰ ਲਿਆਂਦੀ ਹੈ, ਤਾਂ ਇਹ ਲੋਕ ਇਹ ਜੇ ਸਰਕਾਰ ਬਣਾਉਣਾ ਜਾਣਦੇ ਨੇ ਤਾਂ ਆਉਣ ਵਾਲੇ ਟਾਈਮ 'ਚ ਡਿੱਗਣ ਵੀ ਜਾਣਦੇ ਨੇ। ਕਿਉਂਕਿ ਕੇਂਦਰ ਸਰਕਾਰ ਪਹਿਲਾਂ ਸਾਡੇ 'ਤੇ ਲੋਕ ਮਾਰੂ ਫੈਸਲਾ ਕਰਤਾ, 2.5% ਸਾਡੇ ਆਈ ਫਾਰਮ ਦੇ ਵਿੱਚ ਆ ਰਹੀ ਆੜ੍ਹਤ, ਪਰ ਸਾਨੂੰ ਫਿਕਸ ਕਣਕ 'ਤੇ 46 ਰੁਪਏ, ਝੋਨੇ 'ਤੇ 45 ਰੁਪਏ 88 ਪੈਸੇ। ਮਹਿੰਗਾਈ ਵੱਧਦੀ ਹੈ, ਅਸੀਂ ਵੀ ਆਪਣੇ ਬੱਚੇ ਪਾਲਣੇ ਨੇ, ਕਿਸੇ ਨੇ ਫੀਸਾਂ ਭਰਨੀਆਂ ਨੇ, ਕਿਸੇ ਨੇ ਆਪਣਾ ਕੋਈ ਮਕਾਨ ਬਣਾਉਣਾ, ਕੋਈ ਵੀ ਕਾਰੋਬਾਰ ਕਰਨਾ, ਵਿਆਹ ਕਰਨਾ, ਅਤੇ ਇਹ ਮਹਿੰਗਾਈ ਵਧਣ ਦੇ ਨਾਲ ਇਹ ਸਰਕਾਰ ਸਾਡੀ ਜਿਹੜੀ ਆਮਦਨ ਹੈ ਉਹਨੂੰ ਫਿਕਸ ਕਰਤਾ, ਦੂਸਰਾ ਨਵਾਂ ਸਾਨੂੰ ਖਰਚ ਖੜਾ ਕਰ ਰਹੀ ਹੈ। ਅਸੀਂ ਪੰਜਾਬ ਦੇ ਮੁੱਖ ਮੰਤਰੀ ਜੋ ਜਿਹਦੀ ਸਿਟੀ 'ਚੋਂ ਸ਼ਹਿਰ 'ਚੋਂ ਅਸੀਂ ਬੋਲ ਰਹੇ ਹਾਂ ਵੀ CM ਸਾਹਿਬ ਤੁਸੀਂ ਘੱਟੋ ਘੱਟ ਇਹ ਫੈਸਲਾ ਲਓ ਵਾਪਸ, ਇਹ ਅਫਸਰ ਲੋਬੀ ਦੇ ਬਾਲੇ ਕਹਿਣੇ 'ਚ ਨਾ ਚੱਲੋ, ਇਹ ਅਫਸਰਾਂ ਦਾ ਕੁਛ ਨਹੀਂ ਜਾਣਾ। ਆਉਣ ਵਾਲੇ ਟਾਈਮ ਦੇ ਵਿੱਚ ਇਹ ਆ ਜਿਹੜੇ ਲੋਕ ਖੜ੍ਹੇ ਆ, ਸਮਾਜ ਖੜ੍ਹਾ, ਇਹਨਾਂ ਨੇ ਵੋਟਾਂ ਪਾਉਣੀਆਂ ਨੇ, ਇਹਨਾਂ ਨੇ ਸਰਕਾਰ ਬਣਾਈ ਹੈ, ਜੇ ਬਣਾ ਸਕਦੇ ਨੇ ਇਹੀ ਤੁਹਾਡੇ ਮਨ ਦੇ ਨਾਲ ਅਸੀਂ ਦੱਸਣਾ ਚਾਹੁੰਦਾ, ਤਾਂ ਇਹ ਸਰਕਾਰ ਨੂੰ ਆਉਣ ਵਾਲੇ ਟਾਈਮ 'ਚ ਸਬਕ ਵੀ ਸਿਖਾ ਸਕਦੇ ਨੇ। ਮੰਗ ਪੱਤਰ ਦੇਣ ਆਏ ਮਾਰਕੀਟ ਕਮੇਟੀ ਦੇ ਸਕੱਤਰ ਸਾਹਿਬ ਨੂੰ ਅਸੀਂ ਮੰਗ ਪੱਤਰ ਆਏ, ਉਹਨਾਂ ਦੇ ਮਾਧਿਅਮ ਰਾਹੀਂ ਵੀ ਮੁੱਖ ਮੰਤਰੀ ਸਾਹਿਬ ਨੂੰ ਸਾਡਾ ਮੰਗ ਪੱਤਰ ਦਿੱਤਾ ਜਾਵੇ ਕਿ ਜਿਹੜਾ ਇਹ ਆੜ੍ਹਤੀ ਮਾਰੂ ਫੈਸਲਾ ਹੈ ਇਹਨੂੰ ਵਾਪਸ ਲਿਆ ਜਾਵੇ। ਆੜ੍ਹਤੀ ਐਸੋਸੀਏਸ਼ਨ ਧੂਰੀ ਵੱਲੋਂ ਮੰਗ ਪੱਤਰ ਦਿੱਤਾ ਗਿਆ ਇਲੈਕਟ੍ਰੋਨਿਕ ਕੰਡਿਆਂ ਦੇ ਸੰਬੰਧ ਵਿੱਚ, ਅਸੀਂ ਇਹ ਮੰਗ ਪੱਤਰ ਪੰਜਾਬ ਸਰਕਾਰ ਨੂੰ ਭੇਜ ਦਾਂਗੇ ਜੀ, ਅਤੇ ਅੱਗੇ ਜੋ ਕਾਰਵਾਈ ਕਰਨੀ ਪੰਜਾਬ ਸਰਕਾਰ।